ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ। ਇੱਕ ਵਾਰ ਫਿਰ ਤੁਹਾਡੇ ਲਈ ਨਵੀਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਸਟੂਡੀਓ ਵਿੱਚ ਅੱਜ ਫਿਰ ਹਾਜ਼ਰ ਨੇ ICC ਇਮੀਗ੍ਰੇਸ਼ਨ ਤੋਂ ਮੈਨੂੰ ਦਿੱਤਾ ਜੀ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਮੀਗ੍ਰੇਸ਼ਨ ਦੇ ਵਿੱਚ ਕੀ ਨਵੀਆਂ ਅਪਡੇਟਸ ਨੇ ਅਤੇ ਕੀ ਕੁਝ ਨਵਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਨੇ। ਮੈਨੂੰ ਜੀ ਤੁਹਾਡਾ ਸਵਾਗਤ ਹੈ ਜੀ। ਸਿਮਰਤ ਜੀ, ਥੈਂਕ ਯੂ ਵੈਰੀ ਮੱਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਤੇ ਵਿਊਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਦੱਤਾ ਨਾਲ ਆਡੀ ਰਿਪੋਰਟ ਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ। ਐਂਡ ਥੈਂਕ ਯੂ ਵੈਰੀ ਮੱਚ ਫੋਰ ਹੈਵਿੰਗ ਅਸ ਔਨ ਯੂਅਰ ਸ਼ੋਅ। ਥੈਂਕ ਯੂ ਮਨੂ ਜੀ ਤੁਹਾਡਾ ਸਟੂਡੀਓ ਵਿੱਚ ਆਉਣ ਲਈ ਅਤੇ ਸਾਰੀ ਜਾਣਕਾਰੀ ਜਿਹੜੀ ਤੁਸੀਂ ਦਰਸ਼ਕਾਂ ਦੇ ਲਈ ਲੈ ਕੇ ਆਉਂਦੇ ਹੋ। ਥੈਂਕ ਯੂ। ਅੱਛਾ, ਆਪਾਂ PNP ਤੋਂ ਸ਼ੁਰੂ ਕਰਦੇ ਹਾਂ ਵੀ ਜਿਹੜਾ ਨਵਾਂ ਜਿਹੜਾ ਐਕਸਪ੍ਰੈਸ ਐਂਟਰੀ ਦਾ ਡਰਾਅ ਆਇਆ ਉਹ ਕੀ ਕਹਿੰਦਾ ਹੈ ਜੀ? ਬਿਲਕੁਲ, ਅੱਜ ਕੱਲ੍ਹ 2 ਜੁਲਾਈ ਨੂੰ ਇੱਕ ਐਕਸਪ੍ਰੈਸ ਐਂਟਰੀ ਦਾ ਡਰਾਅ ਆਊਟ ਹੋਇਆ ਸਿਮਰਤ ਜੀ। 739 ਦੇ ਸਕੋਰ ਦੇ ਉੱਤੇ 900 ਇਨਵੀਟੇਸ਼ਨ ਦਿੱਤੇ ਗਏ ਨੇ। ਸੋ 739 ਦਾ ਸਕੋਰ ਇਜ਼ ਅ ਬਿਗ ਸਕੋਰ। ਬਿਗ ਸਕੋਰ, ਬਿਲਕੁਲ ਜੀ। ਐਂਡ ਇਸ ਟਾਈਮ ਕੋਈ ਜੇ ਗੱਲ ਵੀ ਕਰੀਏ ਸਿਮਰਤ ਜੀ ਕਿ ਐਕਸਪ੍ਰੈਸ ਐਂਟਰੀ ਦੇ ਪ੍ਰੋਫਾਈਲਸ ਦੀ ਗੱਲ ਕਰੀਏ, ਹਾਂਜੀ, 500 ਤੋਂ ਉੱਪਰ ਇਸ ਟਾਈਮ 'ਤੇ 17,500 ਪ੍ਰੋਫਾਈਲ ਹਰੇ ਪਿਆ ਹੈ। ਠੀਕ ਹੈ। ਸੋ ਇਸ ਸਾਲ ਦਾ ਜਿਹੜਾ ਕੋਟਾ ਹੈਗਾ 110,000 ਐਪਲੀਕੇਸ਼ਨ ਦਾ ਹੈਗਾ ਆ ਕਿ 110,000 ਨੂੰ ਇਨਵੀਟੇਸ਼ਨ ਦੇਣੇ ਆ ਐਕਸਪ੍ਰੈਸ ਐਂਟਰੀ ਦੇ ਅੰਡਰ। ਇਸ ਟਾਈਮ 'ਤੇ ਅਸੀਂ 50,000 ਤੋਂ ਜ਼ਿਆਦਾ ਕਰੋਸ ਕਰ ਚੁੱਕੇ ਹਾਂ। ਠੀਕ ਹੈ। ਐਂਡ ਐਕਸਪ੍ਰੈਸ ਐਂਟਰੀ ਦੇ ਵਿੱਚ ਕੁਆਲੀਫਾਈ ਹੋਣ ਵਾਸਤੇ ਅਗਲੇ 17,000 ਬੱਚੇ ਤਾਂ 500 ਤੋਂ ਉੱਪਰ ਪਹਿਲੀ ਬੈਠੇ ਹੁੰਦੇ। ਸੋ ਆਲਮੋਸਟ 70,000 ਦੇ ਆਸ ਪਾਸ ਤਾਂ ਐਪਲੀਕੈਂਟਸ ਹੋ ਚੁੱਕਾ ਹੈ। ਸੋ 40,000 ਰਹਿ ਜਾਣਗੇ ਉਸ ਤੋਂ ਬਾਅਦ ਥੱਲੇ, ਹਲੇ ਹੋਰ ਐਪਲੀਕੇਸ਼ਨਸ ਐਡ ਹੋਈ ਜਾਣੀਆਂ ਹੈਗੀਆਂ। ਸੋ ਮੈਂ ਇੱਕੋ ਹੀ ਚੀਜ਼ ਕਹੂੰਗਾ, ਜਿਹੜੇ ਵੀ ਦੋਸਤ ਸਾਨੂੰ ਪਾਈ ਪੈਂਟ ਸੁਣ ਰਹੇ ਨੇ, ਆਪਣੀ ਇੰਡੀਵਿਜੁਅਲ ਕਪੈਸਿਟੀ ਦੇਖੋ, ਆਪਣੀ ਇੰਡੀਵਿਜੁਅਲ ਸਕੋਰਿੰਗਸ ਦੇਖੋ, ਆਪਣੀ ਇੰਡੀਵਿਜੁਅਲ ਆਪਸ਼ਨਸ ਨੂੰ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰੋ। ਇਹ ਬੈਠ ਕੇ ਨਾ ਸੋਚੀ ਜਾਓ ਕਿ ਮੇਰਾ 485 ਸਕੋਰ ਹੈਗਾ ਅਤੇ ਮੈਂ ਤਾਂ ਪਿੱਕ ਹੋ ਹੀ ਜਾਣਾ। ਬਿਲਕੁਲ ਪਿੱਕ ਹੋਣ ਦੇ ਚਾਂਸਿਸ ਹੈਗੇ ਨੇ, ਬਟ ਹੋ ਸਕਦਾ ਇਸ ਸਾਲ ਦੇ ਵਿੱਚ ਪਿੱਕ ਹੋਣ ਦੇ ਚਾਂਸਿਸ 485 'ਤੇ ਟੱਚ ਕਰਨ ਦੇ ਨਾ ਬਣਨ। ਐਂਡ ਬਿਕੋਜ਼ ਤੁਸੀਂ ਆਪਣੇ ਪ੍ਰੋਫਾਈਲ ਜਦੋਂ ਦੇਖੋਗੇ ਐਕਸਪ੍ਰੈਸ ਐਂਟਰੀ ਦੇ ਪ੍ਰੋਫਾਈਲ ਦੇ ਵਿੱਚ ਕਿੰਨੇ ਐਪਲੀਕੈਂਟਸ ਦੇ ਪ੍ਰੋਫਾਈਲ ਪਏ ਨੇ, ਤੁਹਾਨੂੰ ਆਪਣੇ ਆਪ ਅਵੈਲੂਏਸ਼ਨ, ਤੁਹਾਨੂੰ ਸੈਲਫ ਅਸੈਸਮੈਂਟ ਕਰੋ ਰਾਦਰ ਦੈਨ ਕਿਸੇ ਉੱਤੇ ਸੋਚ ਕੇ ਬੈਠੋ ਕਿ ਸਾਡਾ ਤਾਂ ਹੋ ਹੀ ਜਾਣਾ ਹੈ। ਸੋ ਆਹ ਚੀਜ਼ਾਂ ਤੋਂ ਥੋੜ੍ਹਾ ਜਿਹਾ ਬਚਿਓ। ਐਂਡ ਜਿਸ ਵੀ ਇੰਪਲੋਇਰ ਨਾਲ ਤੁਸੀਂ ਕੰਮ ਕਰ ਰਹੇ ਹੋ, ਜਿਹੜੇ ਵੀ ਪ੍ਰੋਵਿੰਸ ਦੇ ਵਿੱਚ ਬੈਠੇ ਹੋ, ਜਿਹੜੀ ਵੀ ਮਿਊਨਸਪੈਲਿਟੀ ਦੇ ਵਿੱਚ ਬੈਠੇ ਹੋ, ਆਪਣੇ ਇੰਪਲੋਇਰਸ ਨਾਲ ਪੂਰੀ ਸਪੋਰਟ ਕਰੋ। ਐਂਡ ਆਪਣੇ ਇੰਪਲੋਇਰਸ ਨੂੰ ਵੀ ਰਿਕੁਐਸਟ ਕਰੋ ਕਿ ਤੁਹਾਨੂੰ PNP ਦੇ ਵਿੱਚ ਹੈਲਪ ਚਾਹੀਦੀ ਹੈ ਜਾਂ ਐਕਸਪ੍ਰੈਸ ਐਂਟਰੀ ਦੇ ਵਿੱਚ ਹੈਲਪ ਚਾਹੀਦੀ ਹੈ, ਜੋਬ ਆਫਰ ਦੇ ਵਿੱਚ ਹੈਲਪ ਚਾਹੀਦੀ ਹੈਗੀ ਹੈ, ਐਂਡ ਵਰਕ ਟਵਰਡਸ ਦੈਟ। ਐਂਡ ਜੇ ਤੁਹਾਡਾ ਇੰਪਲੋਇਰ ਤੁਹਾਨੂੰ ਸਪੋਰਟ ਕਰਦਾ ਤਾਂ ਤੁਹਾਡੇ ਵਾਸਤੇ ਕਈ ਆਪਸ਼ਨਸ ਨਿਕਲ ਕੇ ਆ ਸਕਦੇ ਹੈ। ਅੱਛਾ ਮਨੋਜ ਜੀ, ਜਿਹੜਾ ਹੁਣ ਅੱਜ ਤੁਸੀਂ ਦੱਸਿਆ ਵੀ ਸਕੋਰ ਆਲਮੋਸਟ 739 ਦੇ 'ਤੇ ਆਇਆ ਜਿਹੜਾ, ਅਤੇ ਇਹਦੇ ਫਿਊਚਰ ਦੇ ਵਿੱਚ ਘਟਣ ਦੇ ਚਾਂਸ ਵੀ ਹੈਗੇ ਜਾਂ ਇਹ ਤੋਂ ਉੱਪਰ ਵੀ ਜਾ ਸਕਦਾ? ਨਹੀਂ, ਇਹ PNP ਦਾ ਸਕੋਰ ਸੀਗਾ ਜਿਹਨਾਂ ਨੂੰ 600 ਦੇ ਅਤੇ ਪੁਆਇੰਟ ਸਿਸਟਮ ਵੈਸੇ ਹੀ ਮਿਲੇ ਹੋਏ ਨੇ। ਸੋ ਮਿਨੀਮਮ 739 ਦਾ ਉਹਨਾਂ ਦੇ ਸਕੋਰ ਹੋ ਸਕਦਾ, ਕਿਸੇ ਦਾ 1000 ਹੋਵੇ, ਕਿਸੇ ਦਾ 1100 ਹੋਵੇ, ਉੱਥੇ ਐਪਲੀਕੈਂਟਸ ਪਿੱਕ ਹੋਏ ਨੇ। ਸਿਮਰਤ ਜੀ, ਬਟ ਇੱਕੋ ਹੀ ਚੀਜ਼ ਹੈਗਾ ਕਿ ਇੰਨਾ ਸਕੋਰ ਇਜ਼ ਨੋਟ ਈਜ਼ੀ ਟੂ ਗੈਟ। ਸਿਰਫ PNP ਸਰਟੀਫਿਕੇਟ ਹੋਏਗਾ ਤਾਂ ਹੀ ਤੁਸੀਂ ਆਹ ਸਕੋਰ ਟੱਚ ਕਰ ਸਕਦੇ ਹੋ, ਅਦਰਵਾਈਜ਼ ਤਾਂ ਤੁਹਾਡਾ ਸਕੋਰ ਟੱਚ ਵੀ ਨਹੀਂ ਹੋਣਾ। ਸੋ ਮੈਂ ਜਿੰਨੇ ਵੀ ਐਪਲੀਕੈਂਟਸ ਹੈਗੇ ਨੇ ਉਹਨਾਂ ਕਹੂੰਗਾ ਕਿ ਬਈ ਵਰਕ ਟਵਰਡਸ PNPs ਜਾਂ ਐਂਡ ਓਨਟੈਰੀਓ ਨੇ ਅੱਜ ਦੀ ਤਰੀਕ ਦੇ ਵਿੱਚ ਇੰਟੈਂਸ਼ਨ ਟੂ ਰਿਫਿਊਜ਼ਲ ਬਹੁਤ ਜ਼ਿਆਦਾ ਆ ਰਹੀਆਂ ਸਿਮਰਤ ਜੀ ਚਿੱਠੀਆਂ। ਸੋ ਕਿਸੇ ਦਾ ਇੱਕ ਦਿਨ ਵੀ ਘੱਟ ਹੈਗਾ, ਜਦੋਂ ਤੁਸੀਂ ਆਪਣਾ ਪ੍ਰੋਫਾਈਲ ਵੀ ਕ੍ਰੀਏਟ ਕਰਨ ਜਾਂਦੇ ਹੈਗੇ ਹੋ, ਪ੍ਰੋਫਾਈਲ ਸਬਮਿਟ ਵੀ ਕਰਦੇ ਹੋ, ਤਾਂ ਮੇਕ ਸ਼ੋਰ ਕਿ ਤੁਸੀਂ ਰਿਕੁਆਇਰਮੈਂਟਸ ਮੀਟ ਕਰਦੇ ਹੋ। ਐਂਡ ਕਿਤੇ ਇਸ ਤਰ੍ਹਾਂ ਦਾ ਨਾ ਹੋਵੇ ਕਿ ਤੁਸੀਂ
ਇੱਕ ਛੋਟੀ ਜਿਹੀ ਗਲਤੀ ਕਰਕੇ, ਇੱਕ ਛੋਟੀ ਜਿਹੀ ਮਿਸਟੇਕ ਕਰਕੇ, ਇੱਕ ਐਪਲੀਕੈਂਟ ਦਾ ਕਿਸੇ ਨੇ ਸਾਨੂੰ ਅੱਜ ਹੀ ਰਿਫਿਊਜ਼ਲ ਲੈਟਰ ਭੇਜਿਆ ਹੈਗਾ, ਅਤੇ ਉਹ ਉਹਨਾਂ ਨੇ ਜਦੋਂ ਪ੍ਰੋਫਾਈਲ ਸਬਮਿਟ ਕੀਤਾ ਸੀਗਾ ਸਿਮਰਤ ਜੀ, ਐਂਡ ਐਕਸੈਪਟ ਕੀਤਾ ਸੀਗਾ, ਉਹ 3 ਦਿਨ ਸ਼ੋਰਟ ਸੀਗੇ ਆਪਣੇ 1 ਸਾਲ ਦੀ ਕੰਪਲੀਸ਼ਨ ਤੋਂ। ਸੋ ਉਹਦੀ ਐਪਲੀਕੇਸ਼ਨ 3 ਦਿਨ 11 ਮੰਥਸ ਐਂਡ 27 ਡੇਜ਼ ਦੇ ਉੱਤੇ ਉਹਨਾਂ ਦੀ ਐਪਲੀਕੇਸ਼ਨ ਉਹਨਾਂ ਨੇ ਰਿਫਿਊਜ਼ ਕਰਤੀ, ਡਿਨਾਈ ਕਰ ਦਿੱਤੀ। ਸੋ ਪਲੀਜ਼ ਜਦੋਂ ਐਪਲੀਕੇਸ਼ਨ ਪੁੱਟ ਅਪ ਕਰਨੀ ਹੈ ਇਮੀਗ੍ਰੇਸ਼ਨ ਦੀ, ਤਾਂ ਕਈ ਵਾਰੀ ਛੋਟੀ ਛੋਟੀ ਚੀਜ਼ਾਂ, ਛੋਟੀ ਛੋਟੀ ਬਰੀਕੀਆਂ ਜਿਹੜੀਆਂ ਹੁੰਦੀਆਂ, ਤੁਹਾਡਾ ਇਮੀਗ੍ਰੇਸ਼ਨ ਕੰਸਲਟੈਂਟ, ਤੁਹਾਡਾ ਲੋਇਰ ਦੇਖ ਸਕਦਾ, ਜਿਹੜਾ ਤੁਸੀਂ ਨਹੀਂ ਦੇਖ ਪਾਉਂਦੇ। ਇਹੋ ਜਿਹੇ ਕਈ ਐਪਲੀਕੈਂਟਸ ਆਉਂਦੇ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਤਾਂ ਆਹ ਰਿਕੁਆਇਰਮੈਂਟਸ ਮੀਟ ਕਰ ਰਹੇ ਹਾਂ, ਬਟ ਟੈਕਨੀਕਲੀ ਉਹ ਰਿਕੁਆਇਰਮੈਂਟਸ ਮੀਟ ਨਹੀਂ ਕਰ ਰਹੇ। ਜਦੋਂ ਤੁਸੀਂ ਸੈਲਫ ਅਸੈਸਮੈਂਟ ਕਈ ਵਾਰੀ ਕਰਦੇ ਹੋ, ਤਾਂ ਆਪਣੇ ਆਪ ਨੂੰ ਤੁਸੀਂ ਖੁਸ਼ਫਹਿਮੀ ਦੇ ਵਿੱਚ ਹੀ ਉਹ ਚੀਜ਼ਾਂ ਗ੍ਰੈਂਟ ਕਰਦੇ ਰਹਿੰਦੇ ਹੋ। ਜਦੋਂ ਪੁਆਇੰਟ ਸਿਸਟਮ CRS ਦੇ ਕੈਲਕੂਲੇਟ ਕਰਨ ਬੈਠੇ ਹੋ, ਤਾਂ 8777 ਕਾਊਂਟ ਕੰਸਿਡਰ ਕਰ ਲੈਂਦੇ। ਜਦ ਪਤਾ ਹੁੰਦਾ ਕਿ ਪਿਛਲੀ ਵਾਰੀ 6 ਆਏ ਸੀਗੇ, ਤਾਂ 8777 ਵੀ ਅਸੀਂ ਕਹਿੰਦੇ ਕਿ ਆਹ ਤਾਂ ਲੈ ਹੀ ਲਵਾਂਗਾ। ਸੋ ਥੋੜ੍ਹੀ ਜਿਹੀ ਆਪਣੇ ਆਪ ਨੂੰ ਸੈਲਫ ਅਸੈਸਮੈਂਟ ਇਸ ਤਰ੍ਹਾਂ ਕਰਿਆ ਕਰੋ ਕਿ ਰੀਅਲਿਸਟਿਕ ਹੋ ਕੇ ਕਿ ਇੱਥੇ ਮੈਂ ਲੈਂਡ ਕਰ ਰਿਹਾ, ਅਤੇ ਇਸ ਪੁਆਇੰਟਸ ਦੇ ਨਾਲ ਮੈਂ ਕਿੱਥੇ ਪਲੇ ਕਰ ਸਕਦਾ ਹੈਗਾ। ਠੀਕ ਹੈ, ਬਿਲਕੁਲ ਜੀ। ਅੱਛਾ, ਆਪਾਂ ਗੱਲ ਕਰਦੇ ਹਾਂ ਜੋਬਸ ਦੀ। ਜੋਬ ਤੁਹਾਡੇ ਕੋਲ ਹਰ ਟਾਈਮ ਕਾਫੀ ਅਵੇਲੇਬਲ ਹੁੰਦੀਆਂ ਨੇ, ਸੋ ਹੁਣ ਜੋਬਸ ਬਾਰੇ ਵੀ ਤਕਰੀਬਨ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸੋ, ਤਾਂ ਜਿਹਨਾਂ ਨੂੰ ਲੋੜ ਹੈ ਵੀ ਕੀ ਤੁਹਾਡੇ ਨਾਲ ਕਿਸ ਤਰ੍ਹਾਂ ਕੰਟੈਕਟ ਕਰ ਸਕਦੇ ਨੇ? ਬਿਲਕੁਲ ਸਿਮਰਤ ਜੀ, ਇਸ ਟਾਈਮ 'ਤੇ ਸਾਡੇ ਕੋਲ ਮਕੈਨਿਕਸ ਦੀਆਂ ਜੋਬਸ ਹੈਗੀਆਂ। ਸੋ ਕਿਸੇ ਵੀ ਐਪਲੀਕੈਂਟ ਦੇ ਕੋਲ ਐਕਸਪੀਰੀਅੰਸ ਹੈਗਾ ਆਟੋ ਸੈਕਟਰ ਦਾ, ਡੀਜ਼ਲ ਮਕੈਨਿਕ ਦਾ, ਆਟੋ ਮਕੈਨਿਕ ਦਾ, ਟੈਕਨੀਸ਼ੀਅਨ ਦਾ, ਡੈਂਟਲ ਪੇਂਟਰ ਦਾ ਐਕਸਪੀਰੀਅੰਸ ਹੈਗਾ, ਵੀਲ ਅਲਾਈਨਮੈਂਟ ਦਾ ਐਕਸਪੀਰੀਅੰਸ ਹੈਗਾ, ਅਤੇ ਸਾਡੇ ਕੋਲ ਓਪਨਿੰਗਸ ਹੈਗੀਆਂ, ਐਨ ਇੰਪਲੋਇਰ ਤੁਹਾਨੂੰ PNP ਦੇ ਵਿੱਚ ਹੈਲਪ ਕਰਨ ਨੂੰ ਵੀ ਤਿਆਰ ਹੈਗਾ। ਗ੍ਰੇਡ 12 ਘੱਟੋ ਘੱਟ ਜ਼ਰੂਰ ਚਾਹੀਦਾ ਹੈਗਾ ਇਹਦੇ ਵਿੱਚ ਕੁਆਲੀਫਾਈ ਹੋਣ ਵਾਸਤੇ। ਉਸ ਤੋਂ ਬਾਅਦ ਜੇ ਤੁਹਾਡੇ ਕੋਲ ਕਰੇਨ ਓਪਰੇਟਰ ਦਾ ਲਾਇਸੈਂਸ ਹੈਗਾ, ਕਰੇਨ ਓਪਰੇਟਰ ਦਾ ਕੰਮ ਜਾਣਦੇ ਹੋ, ਮਿਡਲ ਈਸਟ ਦੇ ਵਿੱਚ ਕੀਤਾ ਹੋਇਆ, ਐਕਸਕਾਵੇਟਰ ਦਾ ਕੰਮ ਕੀਤਾ ਹੋਇਆ, ਹੈਵੀ ਇਕੁਪਮੈਂਟ ਦਾ ਕੰਮ ਕੀਤਾ ਹੋਇਆ, ਅਤੇ ਸਾਡੇ ਕੋਲ ਓਪਨਿੰਗਸ ਹੈਗੀਆਂ, ਸੋ ਇਹ ਵੀ ਇੰਪਲੋਇਰ ਤੁਹਾਨੂੰ PNP ਦੇ ਵਿੱਚ ਹੈਲਪ ਕਰ ਸਕਦਾ ਹੈਗਾ। ਸੋ ਇੱਥੇ ਤੁਸੀਂ ਗ੍ਰੇਡ 12 4 ਬੈਂਡ ਦੇ ਨਾਲ ਜਾਂ 5 ਬੈਂਡ ਦੇ ਨਾਲ ਵੀ PNP ਵਾਸਤੇ ਕੁਆਲੀਫਾਈ ਕਰ ਸਕਦੇ ਹੈਗੇ। ਸੋ ਉਸ ਤੋਂ ਇਲਾਵਾ ਸਾਡੇ ਕੋਲ ਇਸ ਟਾਈਮ 'ਤੇ, ਓਕੇ ਸਿਮਰਤ ਜੀ, ਇੱਕ ਚੀਜ਼ ਹੋਰ ਬੜੀ ਵੱਡੀ ਭੇਡ ਚਾਲ ਚੱਲ ਰਹੀ ਹੈ ਕਿ ਹਰ ਬੱਚੇ ਨੂੰ ਗਾਈਡ ਕੀਤਾ ਜਾ ਰਿਹਾ ਕਿ ਤੁਸੀਂ PSW ਦੀ ਪੜ੍ਹਾਈ ਕਰ ਲਓ। ਬਿਲਕੁਲ। ਸੋ ਨਜ਼ਰ ਇਹ ਆ ਰਿਹਾ ਸੀਗਾ, ਪਹਿਲੇ ਟ੍ਰੇਡਸ ਵਾਲਾ ਬੜਾ ਵੱਡਾ ਇੱਕ ਸਕੈਮ ਚੱਲਿਆ, ਬਿਕੋਜ਼ ਹਰ ਇੱਕ ਬੱਚੇ ਨੂੰ ਹੀ ਟ੍ਰੇਡ ਪ੍ਰੋਫੈਸ਼ਨਲ ਬਣਾ ਕੇ, ਹੁਣ ਉੱਥੇ ਇੰਟੈਂਸ਼ਨ ਆਫ ਰਿਫਿਊਜ਼ਲਸ ਵੱਧ ਗਈਆਂ, ਹੁਣ ਹਰ ਇੱਕ ਨੂੰ PSW ਦੀ ਪੜ੍ਹਾਈ ਕਰਕੇ ਤੁਸੀਂ ਕੁਆਲੀਫਾਈ ਹੋ। ਹੁਣ ਜਿੰਨੇ ਵੀ ਪ੍ਰਾਈਵੇਟ ਕਾਲਜਿਸ ਸੀਗੇ ਜਾਂ ਜਿਹੜੇ ਕਾਲਜਿਸ ਸੀਗੇ ਜਿੱਥੇ ਅੱਜ ਦੀ ਤਰੀਕ ਦੇ ਵਿੱਚ ਸਟੂਡੈਂਟਸ, ਇੰਟਰਨੈਸ਼ਨਲ ਸਟੂਡੈਂਟਸ ਨਵੇਂ ਆ ਨਹੀਂ ਸਕਦੇ, ਸੋ ਲੋਕਲ ਉਹਨਾਂ ਨੂੰ ਅਟਰੈਕਟ ਕਰਨ ਵਾਸਤੇ ਉਹਨਾਂ ਨੇ ਲੋਕਲ ਸ਼ੁਰੂ ਕਰ ਦਿੱਤਾ ਕਿ PSW ਦੇ ਪ੍ਰੋਗਰਾਮ ਦੇ ਵਿੱਚ ਆ ਜਾਓ। PSW ਦਾ ਕੋਈ ਪ੍ਰੋਗਰਾਮ 2500 ਦੇ ਵਿੱਚ ਕਰਵਾ ਰਿਹਾ, ਕੋਈ 16000 ਦੇ ਵਿੱਚ ਕਰਵਾ ਰਿਹਾ, ਇੰਨਾ ਡਿਫਰੈਂਸ ਹੈਗਾ। ਅੱਛਾ ਜੀ। ਸੋ ਕੋਈ ਫੀਸ 2500 ਚਾਰਜ ਕਰ ਰਿਹਾ ਕੋਈ ਕਾਲਜ, ਕੋਈ 16000 ਚਾਰਜ ਕਰ ਰਿਹਾ। ਸੋ ਇੱਕ ਚੀਜ਼ ਦਾ ਖਿਆਲ ਰੱਖਿਓ ਕਿ ਇਸ ਦੇ ਵਿੱਚ ਵੀ ਤੁਸੀਂ ਜਦੋਂ ਜਾਓਗੇ, ਤੁਹਾਨੂੰ ਜੋਬ ਚਾਹੀਦੀ ਹੈ, ਇੰਪਲੋਇਰ ਚਾਹੀਦਾ ਜਿਹੜਾ ਤੁਹਾਨੂੰ PNP ਦੇ ਵਿੱਚ ਹੈਲਪ ਕਰਨ ਵਾਸਤੇ ਤਿਆਰ ਹੋਵੇ। ਐਂਡ ਜੇ ਅੱਛੇ ਇੰਸਟੀਟਿਊਟ ਤੋਂ ਕੀਤਾ ਹੋਏਗਾ, ਤਾਂ ਉਹਦੀ ਡੈਫੀਨੇਟਲੀ ਐਕਸੈਪਟੈਂਸ ਬੈਟਰ ਹੋਏਗੀ ਇੰਪਲੋਇਰ ਦੇ ਕੋਲ। ਜੇ ਪ੍ਰਾਈਵੇਟ ਇੰਸਟੀਟਿਊਸ਼ਨ ਦੇ ਵਿੱਚ ਘਰ ਬੈਠੇ ਕੀਤਾ ਹੋਏਗਾ, ਤਾਂ ਹੋ ਸਕਦਾ ਇੰਪਲੋਇਰ ਤੁਹਾਨੂੰ ਉਸ ਤਰ੍ਹਾਂ ਦੀ ਐਕਸੈਪਟੈਂਸ ਨਾ ਦੇਵੇ ਜੋਬ ਦੇ ਵਿੱਚ। ਸੋ ਜਦੋਂ ਵੀ ਤੁਸੀਂ PSW ਦੇ ਕੋਰਸ ਦੇ ਵਿੱਚ ਜਾ ਰਹੇ ਹੋ, ਉਸ ਤੋਂ ਪਹਿਲਾਂ ਕੋਈ ਆਪਸ਼ਨਸ, ਆਪਣੀ ਪਲਾਨ B ਵੀ ਡਿਸਕਸ ਕਰ ਲਓ, ਪਲਾਨ B ਸੋਚ ਲਓ ਕਿ ਹੋ ਸਕਦਾ ਕਿ ਮੈਨੂੰ 16000 ਲਗਾਉਣ ਦੀ ਕੋਸ਼ਿਸ਼ ਨਾ ਬਚ ਸਕਣ ਮੇਰੇ। ਸੋ ਆਪਸ਼ਨ ਉਹਦੇ ਉੱਤੇ ਵੀ ਕੰਸਿਡਰ ਕਰੋ। ਹਾਂ, ਸਾਡੇ ਕੋਲ ਵੀ ਇਸ ਟਾਈਮ 'ਤੇ ਓਪਨਿੰਗਸ ਹੈਗੀਆਂ PSWs ਦੀਆਂ, ਕੇਅਰ ਗਿਵਰਸ ਦੀਆਂ, ਨਰਸ ਔਡਲੀਜ਼ ਦੀਆਂ, ਐਂਡ CCAs ਦੀਆਂ, ਕਮਿਊਨਿਟੀ ਕੇਅਰ ਅਸਿਸਟੈਂਟ ਦੀਆਂ। ਬਟ ਇਹਦੇ ਵਿੱਚ ਕੁਆਲੀਫਾਈ ਹੋਣ ਵਾਸਤੇ ਤੁਹਾਡੇ ਕੋਲ ਕੇਅਰ ਗਿਵਿੰਗ ਦੀ ਜਾਂ ਨਰਸਿੰਗ ਦੀ ਬੈਕਗਰਾਉਂਡ ਹੋਣੀ ਚਾਹੀਦੀ ਹੈ, ਕਾਰ ਹੋਣੀ ਚਾਹੀਦੀ ਹੈ, ਦੈਟ ਇਜ਼ ਅ ਮਸਟ, ਬਿਕੋਜ਼ ਤੁਸੀਂ ਡਿਫਰੈਂਟ ਕਲਾਇੰਟਸ ਨੂੰ ਮਿਲਣਾ ਹੈਗਾ ਆ। ਸੋ ਕਈ ਵਾਰੀ ਇਹੋ ਜਿਹੀਆਂ ਲੋਕੇਸ਼ਨਸ ਹੁੰਦੀਆਂ ਰਿਮੋਟ ਜਿੱਥੇ ਤੁਸੀਂ ਉਬਰ ਵਗੈਰਾ ਨਹੀਂ ਕਰ ਸਕਦੇ, ਸੋ ਤੁਹਾਨੂੰ ਆਪਣੀ ਕਾਰ ਹੋਏਗੀ ਤੁਹਾਡਾ ਐਡਵਾਂਟੇਜ ਰਹਿੰਦਾ ਹੈਗਾ। ਸੋ ਜੇ ਕੋਈ ਵੀ
ਐਪਲੀਕੈਂਟ ਇਹੋ ਜਿਹਾ ਹੈਗਾ ਜਿਹਦੀ ਨਰਸਿੰਗ ਦੀ ਬੈਕਗਰਾਊਂਡ ਹੈਗੀ ਹੈ, ਕੇਅਰ ਗਿਵਿੰਗ ਦੀ ਬੈਕਗਰਾਊਂਡ ਹੈਗੀ ਹੈ, ਘੱਟੋ ਘੱਟ 6 ਮਹੀਨੇ 1 ਸਾਲ ਦਾ ਐਕਸਪੀਰੀਅੰਸ ਹੈਗਾ, ਅਤੇ ਕਮ ਐਂਡ ਰੀਚ ਆਊਟ ਟੂ ਅਸ, ਅਤੇ ਅਸੀਂ ਤੁਹਾਡੀ ਰਾਈਟ ਅਵੇ ਇੰਟਰਵਿਊ ਕਰਵਾ ਸਕਦੇ ਹਾਂ। ਅੱਛਾ, ਜੋਬਸ ਦੇ ਵਿੱਚ ਜਿਹੜੇ ਰੈਸਟੋਰੈਂਟ ਜਿਹੜੇ ਵਿੱਚ ਕਈ ਕਾਫੀ ਜੋਬਸ ਹੁੰਦੀਆਂ ਨੇ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਸਿਮਰਤ ਜੀ, ਐਬਸੋਲਿਊਟਲੀ, ਤੁਸੀਂ ਇੱਕ ਨਾ ਬੱਚਿਆਂ ਵਾਸਤੇ ਈਜ਼ੀ ਜੋਬ ਹੈਗੀ ਹੈ ਰੈਸਟੋਰੈਂਟ ਦੀ, ਬਿਕੋਜ਼ ਇੰਟਰਨੈਸ਼ਨਲ ਸਟੂਡੈਂਟਸ ਜਦੋਂ ਆਉਂਦੇ ਨੇ ਤਾਂ ਉਹਨਾਂ ਨੂੰ ਰੈਸਟੋਰੈਂਟਸ ਵਾਲੇ ਫੂਡ ਫਰੈਂਚਾਈਜ਼ ਉਹ ਅਬਜ਼ੋਰਬ ਕਰ ਲੈਂਦੇ ਨੇ, ਕਿਸੇ ਨੂੰ ਡਿਸ਼ ਵਾਸ਼ਿੰਗ ਦੇ ਵਿੱਚ ਕਰ ਲਿਆ, ਕਿਸੇ ਨੂੰ ਕਲੀਨਿੰਗ ਦੇ ਵਿੱਚ ਕਰ ਲਿਆ, ਕਿਸੇ ਨੂੰ ਕੁਕਿੰਗ ਦੇ ਵਿੱਚ ਕਰ ਲਿਆ, ਕਿਸੇ ਨੂੰ ਸਰਵਰ ਦੇ ਵਿੱਚ ਕਰ ਲਿਆ, ਕਿਸੇ ਨੂੰ ਕਿਚਨ ਹੈਲਪ ਦੇ ਵਿੱਚ ਕਰ ਲਿਆ, ਕਿਚਨ ਪ੍ਰੈਪ ਕੁੱਕ ਦੇ ਵਿੱਚ ਕਰ ਲਿਆ। ਸੋ ਉੱਥੇ ਓਪਨਿੰਗਸ ਬਹੁਤ ਜ਼ਿਆਦਾ ਹੁੰਦੀਆਂ। ਅੱਜ ਦੀ ਤਰੀਕ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਬਹੁਤ ਤਾਦਾਦ ਸਾਡੀ ਬੱਚਿਆਂ ਦੀ ਇਹੋ ਜਿਹੀ ਹੈਗੀ ਜਿਹੜੀ ਹੋਸਪਿਟੈਲਿਟੀ ਦੇ ਵਿੱਚ ਕੰਮ ਕਰ ਰਹੀ ਹੈ। ਸੋ ਨੋਵਾ ਸਕੋਸ਼ੀਆ ਤੁਹਾਨੂੰ ਯਾਦ ਹੋਏਗਾ, ਨੋਵਾ ਸਕੋਸ਼ੀਆ ਨੇ 17 April ਨੂੰ ਪੌਜ਼ ਲਗਾ ਦਿੱਤਾ ਕਿ ਅਸੀਂ ਹੁਣ ਨਵੀਆਂ ਐਪਲੀਕੇਸ਼ਨਸ ਹੋਸਪਿਟੈਲਿਟੀ ਐਂਡ ਅਕੋਮੋਡੇਸ਼ਨ ਦੇ ਵਿੱਚ ਐਕਸੈਪਟ ਨਹੀਂ ਕਰਾਂਗੇ। ਉਸ ਤੋਂ ਪਹਿਲਾਂ ਨਿਊ ਬ੍ਰੰਸਵਿਕ ਦੇ ਵਿੱਚ ਪੌਜ਼ ਸੀਗਾ, ਨਿਊ ਬ੍ਰੰਸਵਿਕ ਦੇ ਵਿੱਚ 14 ਮਹੀਨੇ ਪੌਜ਼ ਰਿਹਾ, ਐਪਲੀਕੇਸ਼ਨਸ ਐਕਸੈਪਟ ਨਹੀਂ ਹੋ ਰਹੀਆਂ ਸੀਗੀਆਂ। ਸੈਸਕੈਚਵਨ ਦਾ ਅੱਜ ਵੀ ਪੌਜ਼ ਵਿੱਚ ਕਦੀ ਪੌਜ਼ ਹੋ ਜਾਂਦਾ, ਕਦੀ ਐਪਲੀਕੇਸ਼ਨਸ ਐਕਸੈਪਟ ਹੋਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਸ ਟਾਈਮ 'ਤੇ ਬਹੁਤ ਸਾਰੀਆਂ ਐਪਲੀਕੈਂਟਸ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਹੋਸਪਿਟੈਲਿਟੀ ਦੇ ਵਿੱਚ ਐਕਸੈਪਟ ਨਹੀਂ ਹੋ ਰਹੀਆਂ। ਅਸੀਂ RNIP ਦੀ ਗੱਲ ਕਰੀਏ, ਸਡਬਰੀ ਨੇ ਪੌਜ਼ ਲਗਾਤਾ ਸੀਗਾ ਹੋਸਪਿਟੈਲਿਟੀ ਦੇ ਐਪਲੀਕੇਸ਼ਨਸ ਦੇ ਉੱਤੇ, ਨੌਰਥ ਬੇ ਨੇ ਪੌਜ਼ ਲਗਾ ਦਿੱਤਾ ਸੀਗਾ, ਟਿਮਿਨਸ ਨੇ ਲਗਾ ਦਿੱਤਾ ਸੀਗਾ। ਸੋ ਮੈਂ ਬੱਚਿਆਂ ਨੂੰ ਕਹਾਂਗਾ ਕਿ ਇਸ ਸੈਕਟਰ ਤੋਂ ਇਲਾਵਾ ਤੁਹਾਡੀ PNP ਬੈਟਰ ਹੋ ਸਕਦੀ ਹੈ ਆਪਸ਼ਨਸ। ਸੋ ਇਸ ਤੋਂ ਇਲਾਵਾ ਕੰਸਟਰਕਸ਼ਨ ਜੋਬ ਜੇ ਤੁਹਾਨੂੰ ਮਿਲਦੀਆਂ ਹੈਗੀਆਂ, ਕੰਸਟਰਕਸ਼ਨ ਲੇਬਰ ਦੀਆਂ ਪੋਜੀਸ਼ਨਸ ਮਿਲਦੀਆਂ, ਕਲੀਨਿੰਗ ਦੀਆਂ ਪੋਜੀਸ਼ਨਸ ਮਿਲਦੀਆਂ, PSW ਦੀਆਂ ਕੇਅਰ ਕਿਵਰਸ ਦੀਆਂ ਪੋਜੀਸ਼ਨ ਮਿਲਦੀਆਂ, ਉਹ ਬੈਟਰ ਪੋਜੀਸ਼ਨਸ ਹੈਗੀਆਂ ਐਜ਼ ਕੰਪੇਅਰ ਟੂ PS, ਬਿਕੋਜ਼ ਉਹਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਕੋਈ ਵੀ ਪੌਜ਼ ਲੱਗਦਾ ਸੀ ਨਾ ਦੇਖਿਆ, ਅਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਨਜ਼ਰ ਆਉਣਾ ਹੈਗਾ ਸਿਮਰਤ ਜੀ। ਸੋ ਇੱਕੋ ਹੀ ਚੀਜ਼ ਬੱਚਿਆਂ ਨੂੰ ਕਿ ਭਾਈ ਲੁੱਕ ਫੋਰ ਓਪਰਚੁਨਿਟੀਜ਼ ਐਂਡ ਹੋਸਪਿਟੈਲਿਟੀ ਤੋਂ ਬਾਹਰ ਨਿਕਲ ਕੇ ਵੀ ਦੇਖੋ ਕਿ ਬਿਕੋਜ਼ ਜਿਹੜਾ ਨੋਵਾ ਸਕੋਸ਼ੀਆ ਨੇ ਰੀਸੈਂਟ ਪੌਜ਼ ਲਗਾਇਆ ਸੀਗਾ April ਦੇ ਵਿੱਚ, ਆਈ ਡੋਂਟ ਥਿੰਕ ਸੋ ਕਿ ਆਹ ਪੌਜ਼ ਘੱਟੋ ਘੱਟ ਮਿਨੀਮਮ ਇੱਕ ਸਾਲ ਰਹਿਣ ਵਾਲਾ ਹੈਗਾ। ਉਹਦਾ ਰੀਜ਼ਨ ਹੈਗਾ ਕਿ ਟੋਟਲ ਕੋਟਾ ਨੋਵਾ ਸਕੋਸ਼ੀਆ ਦਾ 3500 ਐਪਲੀਕੇਸ਼ਨ ਦੇ, 850 ਐਪਲੀਕੇਸ਼ਨ ਦਾ ਇਕੱਲੀ ਇਸ ਪ੍ਰੋਗਰਾਮ ਇਹਨਾਂ ਓਕੂਪੇਸ਼ਨ ਦੀਆਂ ਗਈਆਂ ਸੀਗੀਆਂ। ਸੋ ਦੇ ਹੈਡ ਟੂ ਪੁੱਟ ਅ ਪੌਜ਼। ਸੋ ਇੱਕੋ ਹੀ ਚੀਜ਼ ਕਿ ਵਰਕ ਔਨ ਦੋਜ਼ ਆਪਸ਼ਨਸ ਜਿਹੜੀਆਂ ਇੰਨੀਆਂ ਈਜ਼ੀਲੀ ਨਹੀਂ ਮਿਲਦੀਆਂ, ਕੇਅਰ ਗਿਵਰਸ ਦੀਆਂ ਆਪਸ਼ਨਸ ਤੁਹਾਡੇ ਵਾਸਤੇ ਬੈਟਰ ਹੋ ਸਕਦੀਆਂ, ਹੈਲਥ ਸਰਵਿਸਿਸ ਦੀ ਕੋਈ ਵੀ ਆਪਸ਼ਨਸ ਹੋਵੇ ਤੁਹਾਡੇ ਵਾਸਤੇ ਬੈਟਰ ਹੈਗੀਆਂ, ਕੰਸਟਰਕਸ਼ਨ ਦੀਆਂ ਕੋਈ ਵੀ ਹੋਵੇ ਉਹ ਤੁਹਾਡੇ ਵਾਸਤੇ ਬੈਟਰ ਹੈਗੀਆਂ, ਬਿਕੋਜ਼ ਕੰਸਟਰਕਸ਼ਨ ਦੇ ਵਿੱਚ ਸ਼ੋਰਟੇਜਸ ਬਹੁਤ ਜ਼ਿਆਦਾ ਹੈਗੀਆਂ ਇਸ ਟਾਈਮ 'ਤੇ। ਉਸ ਤੋਂ ਬਾਅਦ ਟ੍ਰੇਡ ਦੇ ਵਿੱਚ ਕੁਛ ਹੋਵੇ ਉਹ ਬੈਟਰ ਹੈਗੀਆਂ, ਟੈਕ ਦੇ ਵਿੱਚ ਕੁਛ ਹੋਵੇ ਉਹ ਤੁਹਾਡੇ ਵਾਸਤੇ ਬੈਟਰ ਹੈਗਾ। ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਗੁਰੂ, ਮੇਰੇ ਨਾਲ ਮੌਜੂਦ ਨੇ ਸਟੂਡੀਓ ਵਿੱਚ ICC ਇਮੀਗ੍ਰੇਸ਼ਨ ਤੋਂ ਮਨੋ ਦੱਤਾ ਜੀ, ਜਿਨ੍ਹਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਇਮੀਗ੍ਰੇਸ਼ਨ ਦੇ ਵਿੱਚ ਕੀ ਨਵੀਆਂ ਅਪਡੇਟਸ ਨੇ, ਅਤੇ ਤੁਸੀਂ ਇਹਨਾਂ ਅਪਡੇਟਸ ਦਾ ਜਾਂ ਕੋਈ ਤੁਹਾਡਾ ਆਪਣਾ ਕੋਈ ਮਸਲਾ ਹੈ, ਕੋਈ ਕੇਸ ਤੁਸੀਂ ਇਹਨਾਂ ਦੇ ਨਾਲ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇਹਨਾਂ ਦੇ ਆਫਿਸ ਗੱਲਬਾਤ ਕਰ ਸਕਦੇ ਹੋ। ਅੱਛਾ ਮਨੋ ਜੀ, ਸਪਾਊਜ਼ਲ ਜਿਹੜੀ ਸਪੋਂਸਰਸ਼ਿਪ ਦੀ ਵੀ ਗੱਲ ਕਰਦੇ ਹਾਂ, ਉਹਦੇ ਕੀ ਚਾਂਸਿਸ ਨੇ? ਕਈ ਵਾਰੀ ਹੁੰਦਾ ਵੀ ਆਪਣੇ ਕਿਸੇ ਨੇ ਵੀ ਜਿਹੜਾ ਇੱਥੇ ਆ ਜਾਂ ਕਿਸੇ ਨੇ ਆਪਣਾ ਸਪਾਊਜ਼ਲ ਨੂੰ ਕਰਨਾ ਹੁੰਦਾ ਸਪੋਂਸਰ? ਬਿਲਕੁਲ ਸਿਮਰਤ ਜੀ, ਕੋਈ ਵੀ ਕੈਨੇਡੀਅਨ ਪਰਮਾਨੈਂਟ ਰੈਜੀਡੈਂਟ ਹੈਗਾ, ਸਿਟੀਜ਼ਨ ਹੈਗਾ ਆ, ਅਤੇ ਉਹ ਆਪਣੇ ਸਪਾਊਜ਼ ਨੂੰ ਸਪੋਂਸਰ ਕਰਕੇ ਕੈਨੇਡਾ ਲੈ ਕੇ ਆ ਸਕਦੇ ਨੇ। ਸੋ ਵਿਦਿਨ ਕੈਨੇਡਾ ਵੀ ਐਪਲੀਕੇਸ਼ਨ ਲੱਗ ਸਕਦੀਆਂ, ਆਊਟਸਾਈਡ ਕੈਨੇਡਾ ਵੀ ਐਪਲੀਕੇਸ਼ਨ ਲੱਗ ਸਕਦੀਆਂ। ਸੋ ਨੋਰਮਲ ਪ੍ਰੋਸੈਸਿੰਗ ਟਾਈਮ ਹੈਗਾ 12 ਤੋਂ 14 ਮਹੀਨਿਆਂ ਦਾ, ਬਟ ਵੀ ਹੈਵ ਰੀਸੈਂਟਲੀ ਸੀਨ ਇਸ ਕਿ 6 ਤੋਂ 8 ਮਹੀਨਿਆਂ ਦੇ ਵਿੱਚ ਨੋਰਮਲ ਐਪਲੀਕੇਸ਼ਨਸ ਪ੍ਰੋਸੈਸ ਹੋ ਸਕਦੀਆਂ ਹੈਗੀਆਂ।
ਸੋ ਪਹਿਲੇ ਇੱਕ ਚੀਜ਼ ਹੋਰ ਵਿੱਚ ਸੀਗੀ ਸਿਮਰਤ ਜੀ, ਜਿਹੜੀ ਜਨਵਰੀ ਦੇ ਵਿੱਚ ਪੌਜ਼ ਲੱਗ ਗਈ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਵੀ ਸਪਾਊਸਿਸ ਕੈਨੇਡਾ ਦੇ ਵਿੱਚ ਡਿਪੈਂਡੈਂਟ ਵੀਜ਼ਾ 'ਤੇ ਆ ਜਾ ਸਕਦੇ ਹਨ। ਸੋ ਬਟ ਜਨਵਰੀ ਆਨਵਰਡ ਜਦੋਂ ਦਾ ਪੌਜ਼ ਲੱਗਾ, ਸੋ ਜਿਹੜੇ ਬੱਚੇ ਕਮਿਊਨਿਟੀ ਕਾਲਜ ਦੇ ਵਿੱਚ ਹੈਗੇ ਨੇ ਜਾਂ ਪੋਸਟ ਸੈਕੰਡਰੀ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਹੈਗੇ, ਉਹ ਆਪਣੇ ਸਪਾਊਸਿਸ ਨੂੰ ਡਿਪੈਂਡੈਂਟ ਵੀਜ਼ਾ 'ਤੇ ਨਹੀਂ ਬੁਲਾ ਸਕਦੇ। ਬਟ ਜਿਨ੍ਹਾਂ ਦੇ ਸਪਾਊਸਿਸ ਵਿਦ ਇਨ ਕੈਨੇਡਾ ਪਹਿਲੇ ਹੀ ਮੌਜੂਦ ਹੈਗੇ ਨੇ, ਉਹਨਾਂ ਵਾਸਤੇ ਆਪਸ਼ਨ ਹੈਗੀ ਹੈ ਕਿ ਉਹ ਇਕੱਲਾ ਇਹ ਨਾ ਸੋਚੀ ਜਾਣ ਕਿ ਮੈਂ ਸਟੱਡੀ ਕੰਪਲੀਟ ਕਰੂੰਗਾ, ਜੋਬ ਕਰੂੰਗਾ ਅਤੇ ਮੈਂ PNP ਵਾਸਤੇ ਕੁਆਲੀਫਾਈ ਹੋ ਸਕਦਾ। ਹੋ ਸਕਦਾ ਤੁਹਾਡਾ ਸਪਾਊਸ ਜਿਹੜਾ ਓਪਨ ਵਰਕ ਪਰਮਿਟ 'ਤੇ ਹੈਗਾ, ਉਹ ਅੱਜ ਵੀ PNP ਵਾਸਤੇ ਐਲੀਜੀਬਲ ਹੋਵੇ। ਸੋ ਉਹਦੀ ਆਪਸ਼ਨ ਦੇ ਉੱਤੇ ਕੰਸਿਡਰ ਕਰੋ, ਰਾਦਰ ਕਿ ਤੁਸੀਂ ਆਪਣੀਆਂ ਸੋਚ ਕੇ ਬੈਠੋ ਕਿ ਮੈਂ ਪੜ੍ਹਾਈ ਕੰਪਲੀਟ ਕਰੂੰਗਾ, ਐਕਸਪੀਰੀਅੰਸ ਲਊਂਗਾ, ਫਿਰ PR ਵਾਸਤੇ ਕੁਆਲੀਫਾਈ ਕਰੂੰਗਾ। ਹੋ ਸਕਦਾ ਜਦ ਤੱਕ ਤੁਹਾਡੀ ਪੜ੍ਹਾਈ ਕੰਪਲੀਟ ਹੋਵੇ ਤੁਹਾਡੇ ਕੋਲ PNP ਸਰਟੀਫਿਕੇਟ ਹੱਥ ਦੇ ਵਿੱਚ ਹੋਵੇ। ਸੋ ਉਹ ਵੀ ਆਪਸ਼ਨ ਤੁਸੀਂ ਐਕਸਪਲੋਰ ਕਰ ਸਕਦੇ ਹੋ। ਐਂਡ ਜੇ ਕੋਈ ਵੀ ਬੱਚਾ ਕੈਨੇਡਾ ਦੇ ਵਿੱਚ ਹੈਗਾ ਆ, ਮੈਰਿਜ ਕਰਵਾ ਰਿਹਾ, ਸਪੋਂਸਰਸ਼ਿਪ ਕਰਨਾ ਚਾਹੁੰਦਾ ਹੈਗਾ, ਕਾਮਨ ਲਾਅ ਰਿਲੇਸ਼ਨਸ਼ਿਪ ਦੇ ਵਿੱਚ ਹੈਗਾ ਜਾਂ ਕੋਈ ਹੋਰ ਕੰਪਲੀਕੇਸ਼ਨਸ ਦੇ ਵਿੱਚ ਹੈਗਾ ਆ, ਤਾਂ ਇੱਕ ਵਾਰੀ ICC ਇਮੀਗ੍ਰੇਸ਼ਨ ਦੇ ਨਾਲ ਜ਼ਰੂਰ ਡਿਸਕਸ ਕਰੋ। ਸਾਨੂੰ 18 ਸਾਲ ਤੋਂ ਜ਼ਿਆਦਾ ਐਕਸਪੀਰੀਅੰਸ ਹੋ ਗਿਆ ਐਂਡ ਵੀ ਆਰ ਆ ਕੰਪਨੀ ਦੈਟ ਗਿਵਸ ਆਊਟ ਸਟ੍ਰੇਟ ਫਾਰਵਰਡ ਐਡਵਾਈਸ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ। ਇਟਸ ਅ ਵੈਰੀ ਕਲੀਅਰ ਥਿੰਗ ਕਿ ਅਸੀਂ ਕੋਈ ਵੀ ਸੈਂਟ ਤੁਹਾਡਾ ਕੰਸਲਟੇਸ਼ਨ ਚਾਰਜਿਸ ਨਹੀਂ ਲੈਂਦੇ, ਵੀ ਗਿਵ ਆਊਟ ਫਰੀ ਐਡਵਾਈਸ ਟੂ ਯੂ ਐਂਡ ਵੀ ਗਿਵ ਯੂ ਸਟ੍ਰੇਟ ਫਾਰਵਰਡ ਐਡਵਾਈਸ। ਸਾਰੀਆਂ ਆਪਸ਼ਨਸ ਦੇਖਦਿਆਂ ਹੋਇਆਂ ਸੁਜੈਸਟ ਕਰਦੇ ਹਾਂ ਕਿ ਕਿਹੜੀ ਆਪਸ਼ਨ ਤੁਹਾਡੇ ਵਾਸਤੇ ਬੈਸਟ ਵਰਕ ਕਰ ਸਕਦੀ ਹੈ। ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਸਾਨੂੰ ਸੁਣ ਰਹੇ ਨੇ, ਜੇ ਤੁਸੀਂ ਗ੍ਰੇਡ 12 ਕਰਕੇ ਆਏ ਸੀ ਜਾਂ ਗ੍ਰੈਜੂਏਸ਼ਨ ਕਰਕੇ ਆਏ ਸੀ, ਤੁਹਾਡਾ CRS ਸਕੋਰ 400 ਤੋਂ ਥੱਲੇ ਹੈਗਾ ਜਾਂ 450 ਤੋਂ ਥੱਲੇ ਹੈਗਾ, ਤਾਂ ਮੂਵਿੰਗ ਆਊਟ ਮੇ ਬੀ ਅ ਬੈਟਰ ਕੰਸਿਡਰੇਸ਼ਨ। ਸੋ ਅੱਜ ਦੀ ਤਰੀਕ ਦੇ ਵਿੱਚ ਅਲਬਰਟਾ ਨੇ ਵੀ ਕਾਫੀ ਸਾਰੀਆਂ ਚੇਂਜਿਸ ਲੈ ਕੇ ਆ ਗਏ ਨੇ, ਨੋਵਾ ਸਕੋਸ਼ੀਆ ਅਟਲਾਂਟਿਕ ਦੇ ਵਿੱਚ ਵੀ ਚੇਂਜਿਸ ਆ ਗਈ ਹੈ, ਸੈਸਕਚਵਨ ਦੇ ਵਿੱਚ ਵੀ ਚੇਂਜਿਸ ਹੈਗੀਆਂ। ਸੋ ਵਰਕ ਫੋਰ ਵਰਕ ਔਨ ਦੋਜ਼ ਪ੍ਰੋਗਰਾਮ ਜਿਹੜਾ ਤੁਹਾਨੂੰ PR ਵਾਸਤੇ ਲੈ ਕੇ ਜਾ ਰਹੇ ਨੇ। ਸੋ ਜਿਹੜਾ ਪ੍ਰਾਇਰਿਟੀ ਹੈਗੀ ਹੈ, ਪ੍ਰਾਇਰੇਗੇਟਿਵ ਤੁਹਾਡੀ ਪਰਮਾਨੈਂਟ ਰੈਜੀਡੈਂਸੀ ਹੋਣੀ ਚਾਹੀਦੀ, ਉਹ ਕਿਸ ਤਰ੍ਹਾਂ ਮਿਲੇ, ਕਿਹੜੇ ਪ੍ਰੋਵਿੰਸ ਦੇ ਵਿੱਚ ਮਿਲੇ, ਕਿਹੜੀ ਸਿਟੀ ਦੇ ਵਿੱਚ ਮਿਲੇ, ਉਹ ਤੁਸੀਂ ਯੂ ਸ਼ੁੱਡ ਬੀ ਓਪਨ ਟੂ ਡੂਇੰਗ ਦੈਟ। ਸੋ ਕੋਈ ਵੀ ਸਟ੍ਰੇਟ ਫਾਰਵਰਡ ਐਡਵਾਈਸ ਚਾਹੀਦੀ ਹੈਗੀ ਹੈ ਇਮੀਗ੍ਰੇਸ਼ਨ ਨੂੰ ਲੈ ਕੇ, ਤਾਂ ਇੱਕ ਵਾਰੀ ICC ਨਾਲ ਜ਼ਰੂਰ ਕੰਟੈਕਟ ਕਰੋ, ਆ ਕੇ ਡਿਸਕਸ ਕਰੋ। ਐਂਡ ਜੇ ਤੁਹਾਡਾ ਇੰਪਲੋਇਰ ਤੁਹਾਨੂੰ ਸਪੋਰਟ ਕਰ ਰਿਹਾ PNP ਦੇ ਵਿੱਚ ਜਾਂ LMIA ਦੇ ਵਿੱਚ, ਉਹਦੇ ਵਾਸਤੇ ਕੋਈ ਹੈਲਪ ਚਾਹੀਦੀ, ਤਾਂ ਦੈਨ ਆਲਸੋ ਯੂ ਕੈਨ ਰੀਚ ਆਊਟ ਟੂ ਅਸ ਐਂਡ ਵੀ ਵਿਲ ਗਿਵ ਯੂਅਰ ਇੰਪਲੋਇਰ ਆ ਸਟ੍ਰੇਟ ਫਾਰਵਰਡ ਐਡਵਾਈਸ ਔਨ ਦੈਟ। ਬਿਲਕੁਲ ਜੀ ਮਨੋਜ ਜੀ, ਸਟੂਡੀਓ ਵਿੱਚ ਆਉਣ ਲਈ ਅਤੇ ਸਾਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਿਮਰਤ ਜੀ, ਇਟਸ ਆਲਵੇਜ਼ ਅ ਪਲੇਜ਼ਰ। ਤੁਸੀਂ ਦੇਖ ਰਹੇ ਸੀ ਇਮੀਗ੍ਰੇਸ਼ਨ ਗੁਰੂ, ਅਗਲੇ ਹਫ਼ਤੇ ਫਿਰ ਤੁਹਾਡੇ ਲਈ ਨਵੀਆਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ, ਧੰਨਵਾਦ।